ਬੀਤੀ ਰਾਤ ਸਿਵਲ ਹਸਪਤਾਲ 'ਚ ਤਿੰਨ ਨੌਜਵਾਨਾਂ ਨੇ ਡਿਊਟੀ 'ਤੇ ਤੈਨਾਤ ਪੁਲਿਸ ਮੁਲਾਜ਼ਮ ਦੀ ਕੀਤੀ ਕੁੱਟਮਾਰ, ਵੀਡੀਓ ਹੋਈ ਵਾਇਰਲ। ਦਰਅਸਲ ਦੱਸਦੀ ਹੈ ਕਿ ਜਿੱਥੇ ਲੋਕਾਂ ਦੀ ਸੁਰੱਖਿਆ ਦੇ ਲਈ ਪੁਲਿਸ ਤੈਨਾਤ ਕੀਤੀ ਜਾਂਦੀ ਹੈ, ਉੱਥੇ ਹੀ ਕੁੱਝ ਲੋਕ ਇਹਨਾਂ ਪੁਲਿਸ ਮੁਲਾਜ਼ਮ 'ਤੇ ਸ਼ਰੇਆਮ ਹਮਲਾ ਕਰਦੇ ਨਜ਼ਰ ਆਉਂਦੇ ਨੇ। ਉੱਥੇ ਹੀ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜੇ ਹੁੰਦੇ ਨੇ। ਦੱਸਦੀ ਹੈ ਕਿ ਸਰਕਾਰੀ ਹਸਪਤਾਲ 'ਚ ਕੁੱਝ ਅਜਿਹਾ ਦੇਖਣ ਨੂੰ ਮਿਲਿਆ ਜਿੱਥੇ ਕਿ ਲੋਕਾਂ ਦੀ ਸੁਰੱਖਿਆ ਲਈ ਤੈਨਾਤ ASI ਨੂੰ ਬੀਤੀ ਰਾਤ ਤਿੰਨ ਸ਼ਰਾਬੀ ਨੌਜਵਾਨ ਨੇ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਹੈ ਅਤੇ ਸਾਰੀ ਘਟਨਾ ਨੂੰ ਲੋਕਾਂ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਦ ਕਰ ਲਿਆ ਤੇ ਲਗਾਤਾਰ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਤੁਹਾਨੂੰ ਸਾਂਝੀ ਕਰਾਂਗੇ। ਦੱਸਦੀ ਕਿ ਜ਼ਖਮੀ ASI ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਸੰਬੰਧੀ ਜਦੋਂ ਜ਼ਖਮੀ ASI ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਕਿਹਾ ਕਿ ਰਾਤ ਦੇ ਸਮੇਂ ਉਹਨਾਂ ਦੀ ਡਿਊਟੀ ਤੇ ਉਹ ਸੁਰੱਖਿਆ ਲਈ ਸੀ ਤੇ ਜਦ ਉਹਨਾਂ ਨੇ ਉਸਨੂੰ ਪੁੱਛਿਆ ਤਾਂ ਉਸਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਕਿ ਉਸ ਤੇ ਹਮਲਾ ਹੋਇਆ ਅਤੇ ਉਸਨੇ ਇਸ ਬਾਰੇ ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ SMO ਦੇ ਨਾਲ ਗੱਲ ਕੀਤੀ ਹੈ ਅਤੇ ਹੁਣ ASI ਦਾ ਇਲਾਜ ਚੱਲ ਰਿਹਾ। ਤੁਸੀਂ ਵੀ ਸੁਣੋ ਕਿ ਹੋਰ ਕੀ ਕਿਹਾ। ਉਲਟਾ ਬੋਲਣ ਲੱਗ ਪਏ ਉਹ, ਹਾਂਜੀ ਹਾਂਜੀ, ਤੇ ਉਹ ਗਾਲੀ ਕਲੋਚਰ ਕੱਢਣ ਲੱਗ ਪਏ। ਗਾਲੀ ਕਲੋਚਰ ਵਾਟ ਬਣ ਲੱਗੇ, ਮੈਂ ਉਹਨਾਂ ਨੂੰ ਬਾਹਰ ਕੱਢਣ ਲੱਗਿਆ। ਮੈਂ ਬਾਹਰ ਚਲੋ ਬਾਹਰ ਨਿਕਲੋ, ਉਹ ਸਿਗਰਟ ਲੱਗ ਪਏ ਪੀਣ ਸਰ, ਉਹ ਸਿਗਰਟ ਲੱਗ ਪਏ ਪੀਣ, ਫੂਕਾਂ ਵਾਲੇ 5 ਮਿੰਟ ਲੱਗ ਗਏ ਮਾਰ। ਮੈਂ ਗੇਟ ਤੋਂ ਬਾਹਰ ਚੱਲ, ਉਹਨਾਂ ਨੇ ਮੇਰੇ ਡੰਡਾ ਮੇਰੇ ਧੋਖੋ ਕੇ ਤੇ ਮੇਰੇ ਮਾਰਨਾ ਸ਼ੁਰੂ ਕਰ ਦਿੱਤਾ। ਮੇਰੀ ਪਾਰਟੀ ਪਰਚੀ ਹੁੰਦੀ ਨਾ, ਮੈਂ ਪੜੀ ਸਰ। ਕਿਸ ਚੀਜ਼ ਨਾਲ ਤੁਹਾਡੇ ਹੋਣ ਲੱਗ ਪਿਆ? ਉਹਨਾਂ ਨੇ ਤੁਸੀਂ ਆਪਣੇ ਅਧਿਕਾਰੀਆਂ ਨੂੰ ਇਸ ਦੀ ਕੰਪਲੇਂਟ ਕੀਤੀ ਹੈ? ਕੀ ਮੰਗ ਕਰਦੇ ਹੋ ਤੁਸੀਂ? ਕੀ ਮੰਗ ਕਰਦੇ ਹੋ? ਮੰਗ ਸਰ ਮੈਂ ਕਹਿੰਦਾ ਕਿ ਮੇਰੇ ਨਾਲ ਇੱਕ ਮੁਲਾਜ਼ਮ ਹੋਰ ਵੀ ਲੱਗਾ ਜਾਏ, ਦੋ ਮੁਲਾਜ਼ਮ ਹੋਣ ਸਰ, ਦੋ ਮੁਲਾਜ਼ਮ ਮੁੰਡੇ ਫੜੇ ਗਏ ਇੱਥੇ ਸਰ। ਇੱਥੇ ਮੁੰਡਾ ਸਰ ਇੱਕ ਫੜਿਆ ਗਿਆ ਆਪਣੇ ਸਾਡਾ ਇੰਚਾਰਜ ਜਿਹੜਾ ਗੁਲਸ਼ਨ ਕੁਮਾਰ, ਉਹਨਾਂ ਕੋਲ ਮੁੰਡਾ ਚੁੱਕ ਲਿਆਂਦਾ, ਉਹ ਥਾਣੇ ਬੰਦ ਕਰਤਾ, ਉਹ ਪਰਚਾ ਲੱਗੇ ਦੇਣੀ। ਕੱਲ੍ਹ ਰਾਤ ਨੂੰ ਤਕਰੀਬਨ 11 ਵਜੇ ਸਿਵਲ ਹੋਸਪਿਟਲ ਵਿਖੇ ਤੈਨਾਤ ਪੁਲਿਸ ਮੁਲਾਜ਼ਮ ਸ਼੍ਰੀ ਸੁਰਿੰਦਰ ਕੁਮਾਰ ਜੀ ASI ਨਾਲ ਕਿ 2-3 ਬੰਦਿਆਂ ਨੇ ਸ਼ਰਾਬ ਪੀ ਕੇ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਅਤੇ ਨਾਲ ਗਾਲੀ ਗਲੋਚ ਵੀ ਕੀਤਾ ਹੈਗਾ। ਜਿਹੜੇ ਸੁਰਿੰਦਰ ਕੁਮਾਰ ASI ਜੀ ਹੈਗੇ ਆ, ਸਾਡੇ ਕੋਲ ਐਡਮਿਟਿਡ ਹੈਗੇ ਆ, ਅਸੀਂ ਇਹਨਾਂ ਦਾ ਪਰਚਾ ਕਰਕੇ ਪੁਲਿਸ ਨੂੰ ਫਾਰਵਰਡ ਕਰ ਦਿੱਤਾ ਹੈਗਾ ਅਤੇ ਜੋ ਵੀ ਇਹਨਾਂ ਦਾ ਬੰਦਾ ਇਲਾਜ ਹੈਗਾ ਹੈ ਸਿਵਲ ਹੋਸਪਿਟਲ ਵਿਖੇ ਕੀਤਾ ਜਾਏ। ਸਰ ਜਿਹੜਾ ਆਰੋਪੀ ਹੈਗਾ ਉਹਨੂੰ ਫੜਿਆ ਗਿਆ? ਇਹ ਤਾਂ ਮੈਨੂੰ ਪਤਾ ਨਹੀਂ, ਇਹ ਪੁਲਿਸ ਨੂੰ ਪਤਾ ਹੋਏਗਾ।